ਉੱਤੇ ਗੁਰੂ ਸਾਹਿਬ ਪੈਨ ਪਹਿਨ ਕੇ ਇੱਕ ਪ੍ਰਣ ਕੀਤਾ ਸੀ ਕਿ ਜੁਰਮ ਦਾ ਰਾਜ ਸ਼ਕਤੀ ਦੇ ਨਾਲ ਵੀ ਹੋਵੇਗਾ। ਚੌਥੇ ਮਹਾਰਾਜ ਨੇ ਢਾਡੀ ਪ੍ਰਥਾ ਸ਼ੁਰੂ ਕੀਤੀ। ਭਾਈ ਅਬਦੁੱਲਾ ਅਤੇ ਭਾਈ ਲੱਖਾ ਜੀ ਸਭ ਤੋਂ ਪਹਿਲੇ ਢਾਡੀ ਸਨ ਜਿਨ੍ਹਾਂ ਨੇ ਅਕਾਲ ਤਖ਼ਤ 'ਤੇ ਵਾਰਾਂ ਗਾ ਕੇ ਉਸ ਟਾਈਮ ਦੇ ਵਿੱਚ ਹਜ਼ਾਰਾਂ ਸਾਲ ਦੋ ਜੋ ਹਿੰਦੁਸਤਾਨ ਦੀ ਪਰਜਾ ਸੀ ਜੰਮਿਆ ਵਾ ਖੂਨ ਉਹਨਾਂ ਨੂੰ ਭਗਾਉਣ ਦੀ ਕੋਸ਼ਿਸ਼ ਕੀਤੀ ਅਤੇ ਸ਼ਾਹਜਹਾਨ ਦੇ ਨਾਲ ਮਾਰ ਕੇ ਚਾਰ ਜੰਗਾਂ ਲੜੀਆਂ, ਚਾਰਾਂ ਦੇ ਵਿੱਚ ਫਤਿਹ ਕਰਕੇ ਉਸ ਟਾਈਮ ਦੇ ਜ਼ੁਲਮ ਦਾ ਨਾਸ਼ ਕੀਤਾ। ਸੋ ਨਾਮ ਜਪਿਆ ਕਈ ਵਾਰ